ਸਤਿ ਸ਼੍ਰੀ ਅਕਾਲ ਜੀ। ਟਾਈਮ ਟੀਵੀ ਐਂਟਰਟੇਨਮੈਂਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਲੀਨ ਸਾਨੀ ਸਵਾਗਤ ਕਰਦੀ ਹਾਂ। ਨਜ਼ਰ ਮਾਰਦੇ ਹਾਂ ਬਾਲੀਵੁੱਡ ਤੇ ਪਾਲੀਵੁੱਡ ਦੀ ਖਾਸ ਅਪਡੇਟ ਤੇ। ਬਾਲੀਵੁੱਡ ਦੇ ਸੀਨੀਅਰ ਐਕਟਰ ਰਿਸ਼ੀ ਕਪੂਰ ਇਹਨਾਂ ਦਿਨਾਂ 'ਚ ਆਪਣਾ ਇਲਾਜ ਨਿਊਯਾਰਕ 'ਚ ਕਰਵਾ ਰਹੇ ਨੇ। ਰਿਸ਼ੀ ਕਪੂਰ ਦੇ ਫੈਨਸ ਲਈ ਖੁਸ਼ਖਬਰੀ ਹੈ ਕਿਉਂਕਿ ਪੂਰੇ 9 ਮਹੀਨੇ ਬਾਅਦ ਉਹ ਸਿਲਵਰ ਸਕਰੀਨ 'ਤੇ ਦਿਖਾਈ ਦੇਣਗੇ। ਰਿਸ਼ੀ ਕਪੂਰ ਦੀ ਆਉਣ ਵਾਲੀ ਫਿਲਮ ਝੂਠਾ ਹੈ ਕਿਆ 19 ਜੁਲਾਈ ਨੂੰ ਰਿਲੀਜ਼ ਹੋਵੇਗੀ। ਫਿਲਮ ਨੂੰ ਸਮੀਪ ਕੌਂਗ ਨੇ ਡਾਇਰੈਕਟ ਕੀਤਾ ਹੈ ਅਤੇ ਇਸ ਫਿਲਮ 'ਚ ਰਿਸ਼ੀ ਕਪੂਰ ਦੇ ਨਾਲ ਨਾਲ ਜਿਮੀ ਸ਼ੇਰਗਿੱਲ, ਲਿਲਿਟ ਦੁਬੇ, ਓਮਕਾਰ ਕਪੂਰ ਅਤੇ ਮਨੋਜ ਜੋਸ਼ੀ ਵੀ ਨਜ਼ਰ ਆਉਣਗੇ। ਸਟਾਰਸ ਨੇ ਫਿਲਮ ਦੇ ਪੋਸਟਰ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਦੱਸ ਦਈਏ ਕਿ ਕੈਂਸਰ ਨੂੰ ਮਾਤ ਦੇ ਚੁੱਕੇ ਸੀਨੀਅਰ ਐਕਟਰ ਰਿਸ਼ੀ ਕਪੂਰ ਫਿਲਹਾਲ ਇਲਾਜ ਦੀ ਅੱਗੇ ਦੀ ਪ੍ਰਕਿਰਿਆ ਲਈ ਪਤਨੀ ਨੀਤੂ ਕਪੂਰ ਨਾਲ ਅਜੇ ਵੀ ਨਿਊਯਾਰਕ 'ਚ ਹਨ। ਪਿਛਲੇ ਦਿਨੀ ਧੀ ਰਿਧਿਮਾ ਸਾਹਨੀ ਤੇ ਬੇਟਾ ਰਣਵੀਰ ਕਪੂਰ ਆਲਿਆ ਭੱਟ ਨਾਲ ਪਿਤਾ ਅਤੇ ਮਾਂ ਨੂੰ ਮਿਲਣ ਨਿਊਯਾਰਕ ਪਹੁੰਚਿਆ ਸੀ। ਇਸ ਦੇ ਨਾਲ ਹੀ ਬੱਚਨ ਫੈਮਿਲੀ ਵੀ ਰਿਸ਼ੀ ਕਪੂਰ ਦਾ ਹਾਲਚਾਲ ਜਾਣਨ ਲਈ ਨਿਊਯਾਰਕ ਪਹੁੰਚੀ ਸੀ। ਸੰਜੇ ਦੱਤ ਨੇ ਆਪਣੀ ਜ਼ਿੰਦਗੀ 'ਚ ਕਈ ਉਤਰਾਅ ਚੜ੍ਹਾਅ ਦੇਖੇ ਨੇ। ਸੰਜੇ ਦੱਤ ਨੇ ਆਪਣੀ ਜ਼ਿੰਦਗੀ 'ਚ ਕਈ ਤਰ੍ਹਾਂ ਦੇ ਮੋੜ ਵੀ ਦੇਖੇ ਨੇ ਤੇ ਹਲੇ ਵੀ ਸੁਧਰਨ ਦੀ ਕੋਸ਼ਿਸ਼ ਕਰ ਰਹੇ ਨੇ। ਵਰਲਡ ਡਰੱਗ ਡੇ ਤੇ ਸੰਜੇ ਦੱਤ ਨੇ ਇੱਕ ਵੀਡੀਓ ਸ਼ੇਅਰ ਕੀਤੀ ਤੇ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। ਇਹ ਵੀਡੀਓ ਉੱਘੇ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਦੀ ਆਉਣ ਵਾਲੀ ਫਿਲਮ ਅਰਦਾਸ ਕਰਾਂ ਕਾਫੀ ਸੁਰਖੀਆਂ 'ਚ ਚੱਲ ਰਹੀ ਹੈ। ਹਾਲੇ 'ਚ ਇਸ ਫਿਲਮ ਦਾ ਇੱਕ ਗੀਤ ਸਤਿਗੁਰ ਪਿਆਰੇ ਰਿਲੀਜ਼ ਹੋ ਚੁੱਕਾ ਹੈ ਜੋ ਕਿ ਆਉਂਦੇ ਹੀ ਟ੍ਰੈਂਡਿੰਗ ਸੌਂਗ ਬਣ ਗਿਆ ਹੈ ਅਤੇ ਦਰਸ਼ਕਾਂ ਦੁਆਰਾ ਕਾਫੀ ਪਸੰਦ ਵੀ ਕੀਤਾ ਗਿਆ। ਇਸ ਗੀਤ ਨੂੰ ਲੈ ਕੇ ਕੁੱਗੀ ਨੇ ਵੀ ਕੀ ਕਿਹਾ ਤੁਹਾਨੂੰ ਦਿਖਾਉਂਦੇ ਹਾਂ। ਫਿਲਮ ਦੇ ਟੀਜ਼ਰ ਟ੍ਰੇਲਰ ਦੇ ਰੂਪ 'ਚ ਚੈਪਟਰ 1 ਤੇ ਹਾਲੇ 'ਚ ਰਿਲੀਜ਼ ਹੋਇਆ ਗੀਤ ਸਤਿਗੁਰ ਪਿਆਰੇ ਲਗਾਤਾਰ ਚਰਚਾ 'ਚ ਛਾਏ ਹੋਏ ਹਨ। ਕੁਝ ਘੰਟੇ ਪਹਿਲਾਂ ਅਰਦਾਸ ਕਰਾਂ ਦੇ ਸੋਸ਼ਲ ਮੀਡੀਆ ਦੇ ਗੁਰਪ੍ਰੀਤ ਘੁੱਗੀ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਫਿਲਮ ਦੇ ਰਿਲੀਜ਼ ਹੋਏ ਗੀਤ ਸਤਿਗੁਰ ਪਿਆਰੇ ਨੂੰ ਇੱਕ ਵਾਰ ਜ਼ਰੂਰ ਦੇਖਣ ਅਤੇ ਅੱਗੇ ਸ਼ੇਅਰ ਕਰਨ ਦੀ ਅਪੀਲ ਕਰ ਰਹੇ ਹਨ। ਸਤਿਗੁਰ ਪਿਆਰੇ, ਸਤਿਗੁਰ ਪਿਆਰੇ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਫਿਲਮ ਦੇ ਕੁਝ ਪੋਸਟਰ ਵੀ ਸ਼ੇਅਰ ਕੀਤੇ ਗਏ ਹਨ। ਦੱਸ ਦਈਏ ਰਿਲੀਜ਼ ਹੁੰਦੇ ਹੀ ਫਿਲਮ ਦਾ ਇਹ ਗੀਤ ਟ੍ਰੈਂਡਿੰਗ ਤੇ ਛਾਇਆ ਹੋਇਆ ਹੈ। ਗੀਤ ਨੂੰ ਸੁਨੀਧੀ ਚੌਹਾਨ ਤੇ ਦੇਵਿੰਦਰ ਪਾਲ ਸਿੰਘ ਨੇ ਗਾਇਆ ਹੈ। ਇਸ ਗੀਤ ਨੂੰ ਮਿਊਜ਼ਿਕ ਜਤਿੰਦਰ ਸ਼ਾਹ ਨੇ ਦਿੱਤਾ ਹੈ ਜਿਸ ਦੇ ਬੋਲ ਪ੍ਰਸਿੱਧ ਗੀਤਗਾਰ ਤੇ ਗਾਇਕ ਹੈਪੀ ਰਾਏ ਕੋਟੀ ਨੇ ਸ਼ਿੰਗਾਰੇ ਹਨ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ। 19 ਜੁਲਾਈ ਨੂੰ ਸਾਡੀ ਫਿਲਮ ਰਿਲੀਜ਼ ਹੋ ਰਹੀ ਅਰਦਾਸ ਕਰਾਂ। ਅਰਦਾਸ ਕਰਾਂ ਦਾ ਪਹਿਲਾ ਡਿਵੋਸ਼ਨਲ ਸੌਂਗ ਸਤਿਗੁਰ ਪਿਆਰੇ ਰਿਲੀਜ਼ ਹੋ ਚੁੱਕਿਆ ਹੈ। ਬਹੁਤ ਸਾਰੇ ਲੋਕਾਂ ਨੇ ਇਹਨੂੰ ਦੇਖਿਆ, ਮਾਣਿਆ, ਅੱਗੇ ਸ਼ੇਅਰ ਕੀਤਾ। ਜੇ ਤੁਸੀਂ ਅਜੇ ਤੱਕ ਨਹੀਂ ਇਹ ਗੀਤ ਸੁਣਿਆ ਦੇਖਿਆ ਤਾਂ ਮੇਰੀ ਰਿਕੁਐਸਟ ਹੈ ਕਿ ਸਤਿਗੁਰ ਪਿਆਰੇ ਇੱਕ ਵਾਰੀ ਜ਼ਰੂਰ ਦੇਖੋ, ਸੁਣੋ ਤੇ ਅੱਗੇ ਸ਼ੇਅਰ ਕਰੋ। ਬੜੀ ਮਿਹਰਬਾਨੀ ਜੀ, 19 ਜੁਲਾਈ ਨੂੰ ਲੈ ਕੇ ਹਾਜ਼ਰ ਹੋਵਾਂਗੇ। ਅਰਦਾਸ ਕਰਾਂ। ਸਤਿਗੁਰ ਪਿਆਰੇ, ਸਤਿਗੁਰ ਪਿਆਰੇ। ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਐਕਟਰਸ ਕਿਮੀ ਵਰਮਾ ਚਾਹੇ ਹੁਣ ਫਿਲਮ ਇੰਡਸਟਰੀ ਤੋਂ ਦੂਰ ਹੋ ਗਈ ਹੈ ਪਰ ਸੋਸ਼ਲ ਮੀਡੀਆ ਰਾਹੀਂ ਉਹ ਆਪਣੇ ਫੈਨਸ ਨਾਲ ਜੁੜੀ ਰਹਿੰਦੀ ਹੈ। ਦੱਸ ਦਈਏ ਕਿ ਕਿਮੀ ਨੇ ਫਿਲਮ ਇੰਡਸਟਰੀ ਨੂੰ ਕਾਫੀ ਹਿੱਟ ਫਿਲਮਾਂ ਦਿੱਤੀਆਂ ਹਨ। ਇਨ ਦਿਨੀ ਉਹ ਵਿਦੇਸ਼ ਹੈ ਤੇ ਆਪਣੇ ਪਰਿਵਾਰ ਨਾਲ ਬਹੁਤ ਖੁਸ਼ ਹੈ। ਹਾਲੇ 'ਚ ਉਸਨੇ ਆਪਣੀ ਧੀ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਦੀ ਕੈਪਸ਼ਨ 'ਚ ਲਿਖਿਆ ਹੈ, ਇੱਕ ਖੁਸ਼ਹਾਲ ਪਰਿਵਾਰ ਦੀ ਜ਼ਿੰਦਗੀ ਜੀ ਰਹੀ ਹਾਂ, ਕਿਮੀ ਵਰਮਾ ਆਪਣੇ ਪਤੀ ਦੇ ਬੱਚਿਆਂ ਨਾਲ। ਦੱਸਣਯੋਗ ਇਹ ਹੈ ਕਿ ਕਿਮੀ ਵਰਮਾ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਪੰਜਾਬੀ ਗਾਇਕ ਹਰਭਜਨ ਮਾਨ ਨਾਲ ਕਈ ਫਿਲਮਾਂ ਕੀਤੀਆਂ ਹਨ। ਕਿਮੀ ਵਰਮਾ ਨੇ ਆਸਾ ਨੂੰ ਮਾਨ ਵਤਨਾ ਦਾ, ਅੱਜ ਦੇ ਰਾਂਝੇ, ਇੱਕ ਕੁੜੀ ਪੰਜਾਬ ਦੀ, ਮੇਰਾ ਪਿੰਡ ਮਾਈ ਹੋਮ, ਸਤਿ ਸ਼੍ਰੀ ਅਕਾਲ ਜੀ ਆਇਆ ਨੂੰ, ਸ਼ਹੀਦ ਊਧਮ ਸਿੰਘ, ਕਹਿਰ, ਖੂਨ ਦਾ ਦਾਜ ਵਰਗੀਆਂ ਹੋਰ ਕਈਆਂ ਫਿਲਮਾਂ 'ਚ ਕੰਮ ਕੀਤਾ ਹੈ। ਬਾਲੀਵੁੱਡ ਦੀ ਮਸ਼ਹੂਰ ਐਕਟਰਸ ਸਨੀ ਲਿਓਨ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਛ ਨਾ ਕੁਛ ਸ਼ੇਅਰ ਕਰਦੀ ਰਹਿੰਦੀ ਹੈ ਅਤੇ ਆਪਣੇ ਫੈਨਸ ਦਾ ਦਿਲ ਲਗਾਈ ਰੱਖਦੀ ਹੈ। ਹੁਣੇ 'ਚ ਹੀ ਉਸਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਨੂੰ ਦੇਖ ਕੇ ਫੈਨਸ ਪਹਿਲਾਂ ਘਬਰਾਏ ਅਤੇ ਬਾਅਦ 'ਚੋਂ ਉਹਨਾਂ ਦਾ ਹਾਸਾ ਨਾ ਰੁਕਿਆ। ਦਰਅਸਲ ਸਨੀ ਲਿਓਨ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ। ਵੀਡੀਓ 'ਚ ਉਹ ਰਾਤ ਸਮੇਂ ਸ਼ੂਟ ਕਰਦੀ ਨਜ਼ਰ ਆ ਰਹੀ ਹੈ ਜਿਸ ਵਿੱਚ ਇੱਕ ਸ਼ਖਸ ਉਸਨੂੰ ਗੋਲੀ ਮਾਰਦਾ ਹੈ। ਗੋਲੀ ਲੱਗਣ ਨਾਲ ਸਨੀ ਉੱਥੇ ਹੀ ਡਿੱਗ ਜਾਂਦੀ ਹੈ। ਅੱਗੇ ਕੀ ਹੋਇਆ ਤੁਸੀਂ ਵੀਡੀਓ 'ਚ ਦੇਖੋ। ਅੱਜ ਦੀ ਖਾਸ ਅਪਡੇਟ, ਦੁਬਾਰਾ ਹਾਜ਼ਰ ਹੋਵਾਂਗੇ ਨਵੀਂ ਅਪਡੇਟ ਦੇ ਨਾਲ। ਤਦ ਤੱਕ ਲਈ ਦੋ ਇਜਾਜ਼ਤ, ਸਤਿ ਸ਼੍ਰੀ ਅਕਾਲ।